ਟਾਰਗੇਟ ਇਹ ਵੀ ਜਿਹੜਾ ਬੰਦਾ ਚੜਦਾ ਜਿਹੜਾ ਬੰਦਾ ਚੜਦਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਉਹਨੂੰ ਹਟਾ ਦੋ। ਸੁਣਦੇ ਹੁੰਦੇ ਸੀ ਆਪਾਂ ਜੋ ਹਨੀ ਸਿੰਘ, ਉਹਨੇ ਵੀ ਰੈਵੋਲੂਸ਼ਨਰੀ ਕੰਮ ਕੀਤਾ। ਹਾਂਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਅਤੇ ਅੱਜ ਸ਼ਰਟਾਂ ਅਸੀਂ ਇੱਕੋ ਜਿਹੀਆਂ ਪਾਈਆਂ, ਮਤਲਬ ਤਕਰੀਬਨ ਅਤੇ ਨਿਊ ਸਰਵੈਂਟ ਆਪਾਂ ਹਾਇਰ ਕੀਤਾ ਵਾ ਅਤੇ ਆਪਾਂ ਚੱਲੇ ਹਾਂ ਸ਼ੋਪਿੰਗ ਕਰਨ, ਮਤਲਬ ਜਿਹੜੀ ਵੀਕਲੀ ਗਰੋਸਰੀ ਹੁੰਦੀ ਹੈ ਹਨਾ, ਉਹਨੂੰ ਅਸੀਂ ਮੰਥਲੀ 'ਚ ਕਨਵਰਟ ਕਰ ਦੇਣਾ ਹੁਣ। ਨੋ ਮੰਥਲੀ ਕੀ ਹੋ ਕੇ ਲੱਗਿਆ? ਓਹੋ ਹਾਂ ਸਲੀਓ, ਕੋਈ ਗੱਲਬਾਤ ਨਵੀਂ ਤਾਜੀ? ਸਾਰਾ ਦਿਨ ਸੁੱਤਾ ਰਿਹਾ, ਪਤਾ ਕਿਉਂ? ਕਿਉਂਕਿ ਮੈਂ ਸਾਰੀ ਰਾਤ ਦਾ ਇਹਨੂੰ ਸੌਣ ਨਹੀਂ ਦਿੱਤਾ। ਆਪਾਂ ਤਾਂ ਵਿਹਲੇ ਹੁੰਦੇ ਹਾਂ, ਮੈਂ ਜਾਗਦਾ ਸਾਰੀ ਰਾਤ, ਅਸੀਂ ਦੇਖੀਆਂ ਸੀਰੀਜ਼ ਸਾਰੀਆਂ। ਮੈਂ ਕਿਹਾ ਕੀ ਕਰਨਾ ਤੂੰ ਸੌ ਕੇ, ਸਵੇਰੇ ਸਵੇਰੇ 6 ਵਜੇ ਨੇ ਇਹਨੂੰ ਖਵਾਏ ਨਾਨ ਚਾਬਰੀ ਮਟਨ, ਤਾਂ ਕਰਕੇ ਸਾਰਾ ਦਿਨ ਸੁੱਤਾ ਹੀ ਰਿਹਾ ਅੱਜ। ਫਿਰ ਚਲੋ ਜੀ, ਸ਼ੋਪਿੰਗ ਤਾਂ ਹੋ ਰਹੀ ਆ ਆਪਣੀ, ਅਤੇ ਆਪਾਂ ਨੂੰ ਲੱਗਣਾ ਘੰਟਾ, ਘੰਟੇ ਬਾਅਦ ਫਿਰ ਦੇਖਦੇ ਹਾਂ ਬੇਲਿੰਗ ਕਰਨ 'ਚ ਲਾਈਨ ਕਿੰਨੀ ਲੰਬੀ ਆ। ਹੁਣ ਮਿਲਦੇ ਹਾਂ ਆਪਾਂ ਤੁਹਾਨੂੰ ਸ਼ੋਪਿੰਗ ਕਰਨ ਤੋਂ ਬਾਅਦ। ਲੈਣੀ ਆ ਤਾਂ ਲੈ ਲੈਂਦੇ ਹਾਂ, ਪੁਰਾਣੇ ਵਾਲੀ ਆਪਾਂ ਦੇਖ ਲੈਂਦੇ ਹਾਂ, ਬਹੁਤ ਸਸਤੀ ਹੋ ਗਈ ਅੱਗੇ ਨਾ, 2300 ਤੋਂ 1900 ਤੇ ਆ ਗਈ, ਕਾਫੀ ਐਕਸਪੈਂਸਿਵ ਆ। ਪਰ ਵਧੀਆ ਆਫਰ ਚੱਲ ਰਿਹਾ ਲੁਲੂ 'ਚ, ਅਤੇ ਆਪਾਂ ਹੋਰ ਵੀ ਚੈੱਕ ਕਰ ਸਕਦੇ ਹਾਂ, ਪਰ ਇੱਦੋਂ ਸਸਤੀ ਹੋ ਗਈ ਪਤਾ ਨਹੀਂ, ਹੋ ਸਕਦੀ ਹੈ। ਹੁਣ ਵੈਸੇ ਘੱਟ ਹੀ ਰੇਟ ਆ ਇਹਨਾਂ ਦੇ, ਲੇਕਿਨ ਮਜ਼ਾ ਬਹੁਤ ਆ ਇਹਨਾਂ ਦਾ। PS4 ਸੇਲ ਕਰਦੇ 5 ਲੈ ਲੈਂਦੇ ਹਾਂ, ਡੀਲ ਤਾਂ ਵਧੀਆ ਵਾ। ਹਾਂ ਜਾਕੀ ਲੈ ਲਿਆ ਸਮਾਨ, ਜਾਕੀ ਨੇ ਫਿਰ ਰੋ ਪਿੱਟ ਕੇ ਆਪਦਾ ਜਿਹੜਾ ਲੈਂਦਾ ਹੁੰਦਾ ਇਹ ਕੀ ਕਹਿੰਦੇ ਆ ਬੋਲ ਗੱਡੀ ਛੱਡੀ ਇਹ ਜਾਣੀ ਕਿ ਰੋ ਪਿੱਟ ਕੇ ਆਪਦਾ ਸਮਾਨ ਲੈ ਲਿਆ, ਹੁਣ ਇਹ ਟਿਕਿਆ ਬੈਠਾ ਵਾ। ਤਾਂ ਸਾਡੀ ਵੀ ਸ਼ੋਪਿੰਗ ਹੋ ਗਈ ਡਨ, ਹੋ ਗਈ ਹੁਣ ਦੇਖਦੇ ਅੱਗੇ ਕਿਹੜਾ ਪਲੈਨ ਆ, ਫਿਰ ਅੱਗੇ ਚੱਲਦੇ ਹਾਂ। ਬਾਈ ਬੈਲ ਪੇ ਕਰ ਰਿਹਾ ਅੰਦਰ, ਮੈਂ ਉਹਨੂੰ ਲੈ ਕੇ ਬਾਹਰ ਆ ਗਿਆ ਕਿਉਂਕਿ ਖੜਾ ਖੜਾ ਕੁਛ ਹੋਰ ਵੀ ਮੰਗ ਸਕਦਾ। ਮਿੱਤਰੋ ਸ਼ੋਪਿੰਗ ਆਪਾਂ ਕਰ ਲਈ ਹੈ ਗਰੋਸਰੀ, ਅਤੇ ਗਰੋਸਰੀ ਆਪਾਂ ਘਰ ਛੱਡਣ ਤੋਂ ਬਾਅਦ ਜਵਾਕ ਜਾਣਗੇ ਘਰ ਛੱਡਣ ਇਹਨੂੰ, ਅਤੇ ਮੈਂ ਤਾਂ ਸਰੀਰ ਜਾਵਾਂਗੇ, ਅਸੀਂ ਕੰਮ ਆ ਥੋੜ੍ਹਾ ਜਿਹਾ ਬਾਹਰ, ਉਹ ਖਤਮ। ਗੱਲ ਹੈਗੀ ਇੱਦਾਂ, ਆਪਾਂ ਸਮਾਨ ਤਾਂ ਸਾਰਾ ਇਕੱਠਾ ਕਰ ਲਿਆ, ਜੋ ਆਪਾਂ ਨੂੰ ਫਰਿੱਜ ਭਰਦੀ ਆ ਚੋਕਲੇਟ ਦਾ ਖਵਾਦੇ, ਫਰਿੱਜ ਨਹੀਂ ਇਹ ਤੇਰੇ ਡਾਰਕ ਚੋਕਲੇਟ ਹੈ, ਮੈਂ ਡਾਰਕ ਖਾਂਦਾ ਨਹੀਂ, ਮੇਰੀ ਲੰਘਦਾ। ਅਗਰ ਚੋਕਲੇਟ ਖਾਣਾ ਨਾ ਤੁਸੀਂ ਵੀ ਤਾਂ ਗਲੈਕਸੀ ਦਾ ਡਾਰਕ ਚੋਕਲੇਟ ਆ, ਖਾ ਕੇ ਦੇਖਿਓ ਬਾਬੇ, ਆਪਣਾ ਫੇਵਰੇਟ ਆ ਇਹ, ਆਲਵੇਜ਼ ਵੀ ਆਰ ਡੂਇੰਗ ਈਟਿੰਗ, ਇਹ ਖਾਂਦੇ ਹਾਂ ਅਸੀਂ, ਮੈਂ ਖਾਂਦਾ ਨਹੀਂ ਖਾਂਦਾ। ਅਤੇ ਗੱਲ ਹੈਗੀ ਇੱਦਾਂ, ਡੋਂਟ ਲਾਈਕ ਚੋਕਲੇਟ, ਹੁਣ ਆਪਾਂ ਚੱਲੇ ਹਾਂ ਕੰਮ, ਦੱਸ ਨਹੀਂ ਸਕਦਾ ਬੋਲ ਕੇ ਸੀਕਰੇਟ ਆ, ਕਹਿੰਦੇ ਕੰਮ ਉਦੋਂ ਦੱਸੋ ਪਹਿਲਾਂ ਡੰਡਣਾ ਪਾਓ, ਜਦੋਂ ਕੰਮ ਤੁਹਾਡਾ ਹੋ ਜਾਏ ਉਦੋਂ ਦੱਸਣਾ ਚਾਹੀਦਾ। ਅੱਜ ਕੱਲ੍ਹ ਇਹ ਗੱਲ ਸਾਰਿਆਂ ਨੂੰ ਅਮਲ ਕਰ ਲੈਣੀ ਚਾਹੀਦੀ ਹੈ। ਟੁਕਰੀਆਂ ਪੂੰਡੀਆਂ ਉਹ ਮਾਰਦੇ ਨੇ,
मतलब जिन्होंने जिन्होंने पल्ले कुछ नहीं साढ़े पल्ले गलैक्सी चॉकलेट स्वाद हों ताइ करना मैं तो हम भीरो मैं तो थोड़ा आज गल करनी आप टॉपिक दे टॉपिक की गल ये आ रोड तो आ गया लाइट बंद कर दी है लेकिन फिर भी अच्छा मतलब माहौल बनया है ना क्लीयर आ रही हो जाए पिछे क्लीयर आ रही है वीडियो अपना एक सवाल आ पहला ही दसो तीन सारे जने मतलब जो भी साढ़े तीन चार बंदे देखते हैं भी तीह चाली पंजा जो भी जिन्हें भी देखते तो आप सारे सुनते सिद्धू मूसे वाले है ना समझ गया हत बंदा उन्होंने सारी जिंदगी सुनते रहेंगे जो तक है सह सह आ जनरेशन के आने वाली जनरेशन का कोई पता नहीं सा मतलब जिन्होंने सुनया उन्होंने है ना वो जीरो तो लैके एन टॉप तक सिखर तक जर्नी देखी है सारी जिंदगी सुन गए यह पूरा हुआ प्रोमिस ही है यह क्योंकि म्यूजिक गाने मतलब अलग ही वाइब है यार वो आने दूजे सिंगर भी आने गाना गाँवे सारी चीज कर सिंगर तो होर भी बहुत ने आते रहने उन्होंने गाने भी गाने तो चलनगे भी गाने लोग सुनगे भी क्योंकि जमाना रुकना तो है नहीं गा टाइम रुकना तो है नहीं गा लेकिन वो हमेशा मतलब उन्होंने मिस किया जाऊगा टाइम टू टाइम बंदे है ना सिद्धू मूसे वाले लैजेंड बंदा सी अपना मतलब साड़ी जनरेशन का की देखा हुआ लैजेंड पहला उन्होंने मानते आप चमकीले चमकीले भी कह दें आप गल्लां सुनिया वो गल्लां सुनिया हुई तो हूँ अपने अखा मूहे सारा कुछ होया जो भी होया करके फिर एक होर नवा अपना जोड़ा सुनते होंगे आप योजो हनी सिंह उन्हें भी उन्हें भी रेवोल्यूशनरी काम किया जो तो म्यूजिक लैना मतलब उन्हें चेंज किया सारा स्टार्ट करने वाला उ सारी चीज उन्हें सारी चीज उन्हें चेंज करती थी रैप म्यूजिक सारा कुछ चेंज करता सो ठीक है वोदिया आपदिया गलतियां तो उन्होंने गेम समझ नहीं आई वो जो लोगों रहा उन्होंने भेद नहीं पाया तो लौट गया अगले ने उन्होंने मारिया नहीं लेकिन मरण वर्गा करता साइड तो भरिया टारगेट ये भी जो बंदा चढ़ा जो बंदा चढ़ा उन्होंने किसी ना किसी तरीके हटा दो है ना ता जो ये सानू रिप्लेस ना कर सके बिजनेस में सब तो हथों लै सके है ना ता करके सिद्धू मूसे वाले तो जानो मारता उन्होंने वो टाइम के ड्रग ही करके या कुछ भी लगा लो वो एक चाल ही होंगी वो एक दायरा ही होंगे वो बंदा बोल के अच्छ दसे या ना दसे जो ये कहे मैं बीमार हो गया सी नहीं वो एक गेम का हिस्सा बनया वो ठीक है वो एक किसी किसी की प्लानिंग का हिस्सा बनया तो वो चीज़ा हुई ने उन्होंने फिर रिप्लेसमेंट किया वो बुलड जे ने करके नहीं गाँव बादशाह एक ही लैन के सारी गाने गाई जाता गाने अपने ड्राइवर कहता वो तुम भी गा सकते हो थोड़ी ग्लिसरीन होंगी ना जी बुला सुटो वो थोड़ी डिगनी चाहिए है करके तुम गाओ उन्होंने ठीक है उन्हें उन्होंने रिप्लेस किया उन्होंने जगह मिल गई फेम हो गया फेम मतलब फेमस हो गया बंदा क्यों असली में यार वो मुकाबले कुछ नहीं मैं आना पॉइंट से भी अच्छा तो बंदा चढ़ गया उन्होंने अठ दस साल हो गए मतलब उन्होंने भी फेम के बॉलीवुड वाले बोझ हो तो सुन दिया वो दिल्ली बॉम्बे वाले वह जेडे जवाक जो होंगे वो गाने गुने सुनते हैं वो हूँ आके उन्हें कहता भी किसी का कम बैक नहीं हो रहा उन्हें योजो हनी सिंह ने एक कमेंट पास किया मतलब ये असी यार असी तां गल्लां करते भी जो आप सोशल मीडिया देखते हैं जिहड़ियां वीडियो ज़्यादा आउंदियां ने सामने तो वह उदो पता लगता भी यार आ कुछ चल रहा वा नहीं तो देसी बंदे रात को दाल रोटी खा के सौने वाले है ना सवेरे कामों से निकलना साडा की लैण देने इन चीज़ों नहीं जिहड़ी तुसी पंजाबी दा म्यूजिक नाल बहुत गहरा नाता म्यूजिक ते गाणियां नाल है ना तां करके गल करनी भी बनती है हुण तू रोटी खा ली तू आदा चली जा रहा तू हनी सिंह नूं उंगली क्यों करदा उहने जिद्दण दी उंगली कीती आ उद्दण दा उहदा कमबैक भी हो गया ते उहदे फैनस ने मां भैण भी करती तुहानूं इह भी दस दिंदा सारिआं नालों वड्डा ग्रुप जड़े सिद्धू मूसे वाले का फैन आ उ हनी सिंह का फैन आ उ ग्रुप ठीक है सिद्धू मूसे वाले तो होर भी नाल जोड़ ले सी लेकिन साढ़े जोड़े वो टाइम के 2000
ਕਿੰਨੇ ਦੀ ਗਾ ਅਸਲੀ ਮੈਂ 8-9 ਇਹਨਾਂ ਟਾਈਮਾਂ ਦੇ ਵਿੱਚ ਦੀ ਉਹ ਜਿਹੜਾ ਗਰੁੱਪ ਨਾ ਆਪਣੇ ਨਾਲ ਦਾ ਜਿਹਨੇ ਹਰੀ ਸਿੰਘ ਦਾ ਮਤਲਬ ਜਦੋਂ ਨਿਊ ਕਮਰ ਆ ਕੇ ਉਹਨਾਂ ਨੇ ਲਾਂਚ ਹੋਇਆ ਸੀਗਾ ਉਹ ਤੇ ਉਹਨੇ ਗਾਣੇ ਕੱਢੇ ਸੀ ਉਹਨਾਂ ਟਾਈਮ ਆਪਾਂ ਉਹੀ ਸੁਣਿਆ ਆ ਹਰੀ ਸਿੰਘ ਉਹੀ ਸੁਣਿਆ ਨਾ ਤੇ ਹੁਣ ਉਹਦੀਆਂ ਸਾਰੀਆਂ ਵੀਡੀਓ ਪਾ ਪਾ ਕੇ ਹਰੀ ਸਿੰਘ ਦੇ ਸਪੋਰਟਰਾਂ ਨੇ ਉਹਦਾ ਬੁਲਟ ਜਿਹਦਾ ਨਾਸ ਮਾਰਤਾ ਉਹ ਕੀ ਯਾਰ ਨਾ ਉਹਦਾ ਬਾਦਸ਼ਾਹ ਦਾ ਨਾਸ ਮਾਰਤਾ ਉਹ ਹੁਣ ਬਾਦਸ਼ਾਹ ਨੂੰ ਭੈਣ ਚੋ ਗੁਲਾਮ ਵਾਲੀ ਜ਼ਿੰਦਗੀ ਜਿਉਣ ਦਾ ਨਹੀਂ ਮੁਹਤਾਜ ਹੋ ਜਾਣਾ ਉਹਦਾ ਕਮਬੈਕ ਵੀ ਹੋਣਾ ਵਾ ਬੰਦੇ ਦਾ ਠੀਕ ਹੈ ਤੇ ਉਹਦੀ ਬਾਦਸ਼ਾਹ ਤੇ ਉਹਦਾ ਕੰਪੈਰੀਜ਼ਨ ਹੈ ਨਹੀਂਗਾ ਆ ਤੈਨੂੰ ਹਨੀ ਸਿੰਘ ਦੇ ਅੱਜ ਵੀ ਸਾਰੇ ਗਾਣੇ ਯਾਦ ਹੋਣਗੇ ਹਾਂ ਠੀਕ ਆ ਤੇ ਬਾਦਸ਼ਾਹ ਦਾ ਜਿਹੜਾ ਨਵਾਂ ਆਇਆ ਰੀਸੈਂਟਲੀ ਤੈਨੂੰ ਉਹ ਵੀ ਨਹੀਂ ਯਾਦ ਹੋਣਾ ਕਿਹੜਾ ਗਾਣਾ ਆ ਕੀ ਆ ਪਰ ਚੱਲ ਉਹਨੂੰ ਸੁਣਦੇ ਵੀ ਨਹੀਂ ਪੈਸੇ ਉਹ ਲਾਇਕ ਦਾ ਮੇਨ ਹਨੀ ਸਿੰਘ ਨੇ ਜਿੰਨੇ ਗਾਣੇ ਕਰਦਾ ਸੀਗਾ ਅਗਲਾ ਗਾਣਾ ਉਹਦਾ ਚੇਂਜ ਆਉਂਦਾ ਸੀਗਾ ਸੇਮ ਉਹਦੀ ਆਵਾਜ਼ ਚੇਂਜ ਆਉਂਦੀ ਸੀ ਉਹਦਾ ਕੰਸੈਪਟ ਚੇਂਜ ਹੁੰਦਾ ਸੀ ਕਿਉਂਕਿ ਉਹਦਾ ਮਿਊਜ਼ਿਕ ਚੇਂਜ ਹੁੰਦਾ ਸੀ ਹਰ ਗਾਣੇ ਦੀ ਨਵੀਂ ਚੀਜ਼ ਲੈ ਕੇ ਉਹ ਧਾਕੀ ਪਾਉਂਦਾ ਸੀ ਸਿੱਧੂ ਵਾਂਗੂ ਹੈ ਨਾ ਤਾਂ ਬਾਦਸ਼ਾਹ ਤਾਂ ਉਹ ਇੱਕ ਹੀ ਕਮਬੈਕ ਨਹੀਂ ਹੋ ਰਿਹਾ ਜਿਵੇਂ ਸਾਹ ਜਿਹਾ ਚੜਿਆ ਹੁੰਦਾ ਇੱਕ ਹੀ ਚੀਜ਼ ਗਾਈ ਜੇਗਾ ਜਾ ਰਿਹਾ ਪਰ ਜਿਹੜਾ ਦਮੇ ਜਿਹਾ ਮਰੀਜ਼ ਆ ਤੇ ਬਹੁਤ ਸਾਰਾ ਫੇਫੜਿਆਂ ਜਿਹਾ ਤੋਂ ਗਾਈ ਜਾਂਦਾ ਹੌਲੀ ਹੌਲੀ ਤੇ ਲੋਕਾਂ ਨੂੰ ਪ੍ਰੈਜੈਂਟ ਕਰਦਾ ਵੀ ਉਹ ਰੈਪਰ ਆ ਬਾਈ ਤੂੰ ਰੈਪਰ ਨਹੀਂ ਹੈਗਾ ਤੂੰ ਤੇਰਾ ਤੁੱਕਾ ਚੱਲਿਆ ਉਹ ਚੱਲੀ ਜਾ ਰਿਹਾ ਚੱਲੀ ਜਾਣ ਦੇ ਉਹ ਆ ਗਿਆ ਉਸ ਟਾਈਮ ਕੋਈ ਹੈ ਨਹੀਂ ਸੀਗਾ ਹਨੀ ਸਿੰਘ ਨੇ ਇੱਕ ਲੇਵਲ ਸੈੱਟ ਕਰਤਾ ਸੀ ਉਹ ਬਹਿ ਗਿਆ ਬੈੱਡ ਤੇ ਬਹਿ ਗਿਆ ਉਹਦੀ ਜਗ੍ਹਾ ਨੂੰ ਕੋਈ ਹੈ ਨਹੀਂ ਸੀ ਨਿਉਂ ਜਿਹੜੀ ਜਿਹੜੀ ਟੋਆ ਪੱਟ ਕੇ ਬੰਦਾ ਨਹੀਂ ਰੱਖਦਾ ਨਾ ਨਹੀਂ ਮਤਲਬ ਨਿਉਂ ਰੱਖਦਾ ਨਿਉਂ ਨਿਉਂ ਰੱਖਦਾ ਉਹ ਬਹੁਤ ਔਖੀ ਹੁੰਦੀ ਆ ਹੈ ਨਾ ਭੈਣ ਚੋ ਪੱਟ ਕੇ ਸਾਰਾ ਕੁਛ ਕਰਕੇ ਉਹ ਬੰਦੇ ਨੇ ਜਿਹਨੇ ਨਿਉਂ ਰੱਖਤੀ ਰੱਖਤੀ ਹੁਣ ਸਿੱਧੂ ਮੂਸੇ ਵਾਲੇ ਨੂੰ ਕੋਈ ਰਿਪਲੇਸ ਕਰ ਸਕਦਾ ਨਹੀਂ ਹੈ ਨਾ ਜੀ ਕੋਈ ਨਹੀਂ ਕਰ ਸਕਦਾ ਉਹਨੂੰ ਇਸ ਕਰਕੇ ਉਹ ਅਸੀਂ ਜੋ ਹਰੀ ਸਿੰਘ ਦੇ ਫੈਨ ਆ ਦੇਸੀ ਤੇ ਅੱਜ ਵੀ ਉਹਦਾ ਗਾਣਾ ਆਊਗਾ ਤਾਂ ਅਸੀਂ ਸੁਣਾਂਗੇ ਉਹਨੂੰ ਵੀ ਉਹੀ ਟਾਈਮ 'ਚ ਉਹਦਾ ਹੀ ਸੁਣਦੇ ਸੀ ਅਲੱਗ ਅਲੱਗ ਤਰ੍ਹਾਂ ਦੀ ਗਾਣੇ ਕੱਢਦਾ ਸੀ ਧੱਕ ਪਾ ਦਿੰਦਾ ਸੀ ਦੋ ਹੀ ਬੰਦੇ ਪਸੰਦ ਕੀਤੇ ਆਪਾਂ ਮਤਲਬ ਸਾਡਾ ਤੁਹਾਡਾ ਚਲੋ ਵੱਧ ਵੀ ਹੋ ਸਕਦਾ ਕਿਸੇ ਦੇ ਵੀ ਇੱਕ ਜੋ ਹਨੀ ਸਿੰਘ ਆਪਣਾ ਅਤੇ ਸਿੱਧੂ ਮੂਸੇਵਾਲਾ ਉਦੋਂ ਬਾਅਦ 'ਚ ਕਿੰਨੇ ਸਾਲਾਂ ਬਾਅਦ ਸਿੱਧੂ ਮੂਸੇਵਾਲ ਦੇ ਗਾਣੇ ਸੁਣੇ ਸੀ ਵਿੱਚ ਕਿਸੇ ਦੇ ਕੋਈ ਗਾਣਾ ਨਹੀਂ ਸੁਣਦੇ ਸੁਣਦੇ ਹਾਂ ਬਸ ਅਤੇ ਇਹ ਗੱਲ ਆ ਮਤਲਬ ਮੱਖਣ ਪਿਆਰਿਓ ਇੱਦਾਂ ਬਾਦਸ਼ਾਹ ਨਹੀਂ ਚੱਲੇ ਕਿਸੇ ਨੇ ਬੋਲਿਆ ਨੀ ਜਿੱਦਣ ਦੀ ਇਹਨੇ ਬਾਦਸ਼ਾਹ ਨੇ ਉਂਗਲ ਕੀਤੀ ਆ ਉਹਦਾ ਗਾਣਾ ਵੀ ਸੋਹਣਾ ਕੱਢਿਆ ਉਹਨੇ ਉਹਦੇ ਫੈਨ ਨੇ ਵੀ ਉਹਦੀ ਮਾਂ ਭੈਣ ਕਰਤੀ ਅੱਗੇ ਵੀ ਜਿਹੜੇ ਉਹਦੇ ਪ੍ਰੋਜੈਕਟ ਆ ਰਹੇ ਆ ਉਹ ਵੀ ਬੜੇ ਹਾਈ ਆ ਰਹੇ ਆ ਉਂਗਲ ਕਰਨੀ ਨਹੀਂ ਚਾਹੀਦੀ ਠੀਕ ਆ ਚਲੋ ਹੁਣ ਮਿਲਦੇ ਹਾਂ ਤੁਹਾਨੂੰ ਆਪਾਂ ਅਗਲੇ ਪਲੇਟਫਾਰਮ ਤੇ ਹੋਰ ਗੱਲਾਂ ਕਰਾਂਗੇ ਜੋ ਹਨੀ ਸਿੰਘ ਬਾਰੇ ਇਹੋ ਜਿਹੀ ਗੱਲ ਨਹੀਂ ਹੈ ਲਓ ਵੀ ਮਿੱਤਰੋ ਕੰਮ ਜਿਹੜੇ ਆਏ ਸੀ ਆਪਾਂ ਉਹ ਫਿਨਿਸ਼ ਕਰਕੇ ਹੁਣ ਚੱਲੇ ਘਰ ਨੂੰ ਵਾਪਸ ਅਤੇ ਰਾਤ ਦੇ ਵੱਜ ਗਿਆ 8:30 ਹੈ ਨਾ ਛੁੱਟੀ ਹੈਗੀ ਅੱਜ ਆਪਾਂ ਨੂੰ ਤਾਂ ਕਰਕੇ ਚੱਲੀਏ ਘਰ ਨੂੰ ਰੋਟੀ ਪਾਣੀ ਖਾਈਏ ਚੱਲ ਗਏ ਹੋਰ ਕੁਛ ਬੋਲਣਾ ਬਾਦਸ਼ਾਹ ਬਾਰੇ ਬਾਦਸ਼ਾਹ ਫੁੱਦੂ ਬੰਦਾ ਠੀਕ ਆ ਸਾਲਾ ਉਂਗਲ ਕਰੀ ਜਾਂਦਾ ਤੂੰ ਆਪਦੀ ਸਾਲਾ ਥਲਥਲਿਆ ਜਾ ਤੂੰ ਭੈਣ ਚੋ ਤੂੰ ਰਾਤ ਦਾ ਕੰਮ ਕਰ ਗਾਣੇ ਗੁਣੇ ਚੱਜ ਦੇ ਕੱਢਦਾ ਹੋਵੇ ਤਾਂ ਯਾਰ ਬੰਦਾ ਮੰਨੇ ਵੀ ਉਹਦੀ ਹਨਾ ਵੀ ਹਾਂ ਵੀ ਗਲਤੀ ਗੱਲ ਹਾਂ ਤੂੰ ਆਦਾ ਬੈਠਾ ਹੌਲੇ ਹੌਲੇ ਖਾਈ ਜਾ ਭੈਣ ਚੋ ਕਲਾਕਾਰ ਤਾਂ ਤੂੰ ਹੈ ਨਹੀਂ ਜਿੱਦਣ ਡਾਊਨਫਾਲ ਆਇਆ ਭੈਣ ਚੋ ਵੱਡੇ ਵੱਡੇ ਦੇ ਲਿਖੀਆਂ ਨਿਕਲ ਜਾਂਦੀਆਂ ਨੇ ਡਾਊਨਫਾਲ ਜਿਹੜੀ ਮਰਜ਼ੀ ਜਿਹਦੀ ਮਰਜ਼ੀ ਜ਼ਿੰਦਗੀ ਦਾ ਹੋਵੇ ਇਹ ਲੱਕੀ ਤਾਂ ਰਿਹਾ ਜਦੋਂ ਦਾ ਇਹ ਆਇਆ ਸਨ ਹਨੀ ਸਿੰਘ ਚਲਾ ਗਿਆ ਉਹਦੀ ਜਗ੍ਹਾ ਤੇ ਆ ਗਿਆ ਮੂਰੇ ਕੋਈ ਟੱਕਰੇ ਨਹੀਂ ਹੁਣ ਇਹਨੇ ਆਪ ਹੀ ਉਂਗਲ ਕੀਤੀ ਆ ਤੇ ਉਂਗਲ ਇਹਨੂੰ ਲੈਣੀ ਪੈਣੀ ਆ ਸਹੀ ਗੱਲ ਜਿਵੇਂ ਉਹਨੇ ਕੀਤੀ ਸੀ ਬੱਬੂ ਮਾਨ ਨੇ ਉਹਨੂੰ ਆਪਣੇ ਸਿੱਧੂ ਮੂਸੇਵਾਲੇ ਨੂੰ ਉਹਨੇ ਬਾਂਹ ਦਿੱਤੀ ਨਾ ਹੁਣ ਉਹ ਟਾਊਂ ਟਾਊਂ ਕਰਦਾ ਫਿਰਦਾ ਸਟੇਜਾਂ ਤੇ ਰੁਲਿਆ ਫਿਰਦਾ ਨਹੀਂ ਉਹ ਕੀ ਕਹਿੰਦਾ ਸੀ ਉਹ ਪਾਪਾ ਟੋਏ ਪਾਪਾ ਟੋਏ ਮਤਲਬ ਦੱਸੀ ਕਿਉਂਕਿ 20 ਸਾਲ ਦਾ ਹੋ ਜੂ ਜਾਨੂੰ ਉਹ 23 ਦਾ ਹੈ ਕਿ ਨੀ ਓਏ ਪੋਏ ਟੋਏ ਓਏ ਓਏ ਪਰ ਬੰਦੇ ਨੂੰ ਐਕਸੈਪਟ ਕਰ ਲੈਣਾ ਚਾਹੀਦਾ ਬਈ ਹੁਣ ਮੇਰਾ ਡਾਊਨਫਾਲ ਆ ਬਈ ਚੱਲ ਠੀਕ ਹੈ ਇੱਕ ਟਾਈਮ ਹੁੰਦਾ
ਚੱਲ ਬਸ ਉਹ ਵੀ ਕਿਹੜਾ ਭੈਣ ਚੋ ਚੱਜਦਾ ਸੀ ਯਾਰ ਰੈਕ ਜਦੋਂ ਵੀ ਉਹ ਸਟੇਜ ਤੇ ਚੜਿਆ ਉਹ ਕਿਸੇ ਨਾ ਕਿਸੇ ਨੂੰ ਭੌਂਕਿਆ ਹੀ ਆ ਤਾਂ ਹੀ ਉਹਨੂੰ ਉਹਦੇ ਮੂੰਹ ਨੂੰ ਬਾਈ ਜੀ ਲਾ ਕੇ ਕਰਨ ਲੋਕ ਸਹੀ ਗੱਲ ਹੈ ਉਹਨੇ ਜਿਹੜਾ ਬੰਦਾ ਹਰ ਇੱਕ ਡਰਦਾ ਕਿ ਯਾਰ ਨਾ ਚੱਲ ਗਿਆ ਉਹਨੇ ਲੋਕਾਂ ਦੀ ਮਾਂ ਭੈਣ ਖੜ ਕੇ ਉੱਥੇ ਵੱਧ ਗਈ ਤਾਂ ਹੀ ਉਹ ਚੱਲਿਆ ਤੇ ਅੱਜ ਹੁਣ ਜਦੋਂ ਆਪਦੇ ਪੈਂਦੀ ਹੈ ਗੱਲ ਫਿਰ ਬਾਈ ਉਹ ਤਾਂ ਫਿਰ ਲੈਣੀ ਪੈਣੀ ਬਾਹਰ ਸਿੱਧੂ ਸੀ ਨਾ ਬਾਈ ਤੰਗਾ ਉਹਨੇ ਵੀ ਫਿਰ ਜਦੋਂ ਵੀ ਉਹਦੀ ਕੋਈ ਵੀਡੀਓ ਆਉਂਦੀ ਆ ਉਹ ਸਾਰੇ ਥੱਲੇ ਕਮੈਂਟ ਪੜ੍ਹਿਓ ਕਦੇ ਵੀ ਇਹ ਬਾਂਹ ਦਾ ਆਸਰਾ ਜੀ ਬਾਂਹ ਦਾ ਉਹ ਰਹਿਣਾ ਸਾਰੀ ਜ਼ਿੰਦਗੀ ਚਲੋ ਵੀਰੇ ਮਿਲਦੇ ਹਾਂ ਬਸ ਇੰਨਾ ਮਤਲਬ ਬਹੁਤ ਹੋ ਗਈ ਮਗਜ ਮਾਰੀ ਆਪਾਂ ਤਾਂ ਫਨ ਸ਼ਨ ਲਈ ਗੱਲਾਂ ਕਰ ਲੈਂਦੇ ਹਾਂ ਤੇ ਬਾਕੀ ਫਿਕਰ ਤਾਂ ਰਾਤ ਦੀ ਰੋਟੀ ਦਾ ਵਾ ਨਾ ਸਵੇਰੇ ਉੱਠ ਕੇ ਕੀ ਕਰਨਾ ਕੰਮ ਧੰਦਿਆਂ ਦਾ ਇਹਨਾਂ ਨੂੰ ਯਾਰਾ ਸੀਰੀਅਸ ਨੇ ਲਿਆ ਕਰੋ ਸਿੰਗਰਾਂ ਸੁੰਗਰਾਂ ਨੂੰ ਭੈਣ ਚੋ ਫੁੱਦੂ ਸਾਲੇ ਸਾਡੇ ਲਈ ਤਾਂ ਸਾਰੇ ਫੁੱਦੂ ਭੈਣ ਚੋ ਸਾਨੂੰ ਕਹਿੰਦਾ ਕੋਈ ਰੋਟੀ ਦਿੰਦਾ ਆ ਗਿਆ ਕਿ ਲੇਕਿਨ ਟਾਈਮ ਪਾਸ ਕਰ ਅਸੀਂ ਵੀ ਗਿਆਨੀ ਬਣ ਜਾਂਦੇ ਹਾਂ ਕਦੇ ਕਦੇ ਗਿਆਨ ਦੇਣ ਵਾਲੇ ਨਹੀਂ ਨਹੀਂ ਅਸੀਂ ਗੱਲਾਂ ਕਰੀਏ ਨਾ ਘਰੇ ਬੈਠੇ ਬਾਦਸ਼ਾਹ ਕਿਹੜਾ ਸੁਣਦਾ ਹੁਣ ਇੱਥੇ 20 ਲੋਕ ਦਾ ਸੁਣਨ ਜਿਹੜੇ ਹੈਗੇ ਸਾਡੇ ਚਲੋ ਅਗਲੀ ਵਾਰ ਹੋਰ ਸਿੰਗਰ ਦੀ ਆਪਾਂ ਮਤਲਬ ਲੈ ਕੇ ਆਵਾਂਗੇ ਕੱਤਿਆ ਚਿੱਠਾ ਤੇ ਤੁਹਾਨੂੰ ਦੱਸ ਦਿਆਂ ਫਿਰ ਕਿਹੜਾ ਸਿੰਗਰ ਮੂਹਰੇ ਚੰਗਾ ਕੱਚਾ ਚਿੱਠਾ ਦਾ ਕਹਦਾ ਆਪਾਂ ਕਿਹੜਾ ਕਿਸੇ ਦੀ ਸਰਚ ਕਰਨੀ ਹੁੰਦੀ ਬੋਲਾਂਗੇ ਕੋਈ ਸਾਡੇ ਮੂੰਹ ਚ ਜਿਹੜਾ ਆ ਗਿਆ ਦਹਿ ਗਿਆ ਬੋਲਦੇ ਆ ਉਹ ਬੋਲਾਂਗੇ ਜਿਹੜਾ ਭੈਣਾ ਲਾਉਂਦਾ ਸਰ ਭੈਣਾ ਨਹੀਂ ਜਿਹੜਾ ਬੁੱਧੂ ਕੰਮ ਕਰਦਾ ਜਿਹੜਾ ਬੁੱਧੂ ਕੰਮ ਕਰਦਾ ਹਾਂ ਉਹਦੇ ਲਈ ਤਾਂ ਫਿਰ ਬੋਲਣਾ ਜ਼ਰੂਰੀ ਹੈ ਓਏ 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 ਟੋਏ ਪੋਏ ਆ ਤੂੰ ਲੱਗ ਗਿਆ ਯਾਰ ਬਾਦਸ਼ਾਹ ਤੋਂ ਇੱਧਰ ਨੂੰ ਮੜਾਤਾ ਚਲੋ ਜੀ ਮਿਲਦਾ ਫਿਰ ਬਬਾਸ ਮਿੱਤਰੋ ਆਪਾਂ ਆ ਗਏ ਘਰੇ ਠੀਕ ਹੈ ਅਤੇ ਗੱਲ ਹੈਗੀ ਇੱਦਾਂ ਹੁਣ ਆਪਾਂ ਵਲੋਗ ਕਰ ਲਿਆ ਕੰਪਲੀਟ ਆਪਣਾ ਹੁਣ ਮਿਲਾਂਗੇ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਨੈਕਸਟ ਵਲੋਗ ਮਤਲਬ ਆਪਣੀ ਟਰਾਈ ਆ ਕਿ ਟਰੱਕ ਡਰਾਈਵਰ ਦੀ ਲਾਈਫ 'ਤੇ ਜਿਹੜੀ ਦੁਬਈ ਦੇ ਵਿੱਚ ਆ ਹੈ ਨਾ ਪੂਰੀ ਪ੍ਰੋਪਰ ਡਿਟੇਲਡ ਵੀਡੀਓ ਆਪਾਂ ਲੈ ਕੇ ਆਈਏ ਹੈ ਨਾ ਅਤੇ ਸਾਡੀ ਟਰਾਈ ਆ ਨੈਕਸਟ ਆਉਣ ਵਾਲੇ ਫਿਊ ਡੇਜ਼ ਦੇ ਵਿੱਚ ਨੈਕਸਟ ਵਲੋਗ ਆਪਣਾ ਟਰੱਕ ਡਰਾਈਵਰ ਦੀ ਲਾਈਫ 'ਤੇ ਆਊਗਾ ਤਾਂ ਤੁਸੀਂ ਦੇਖਣਾ ਨਾ ਭੁੱਲਿਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਇਹ ਥੋੜ੍ਹੀ ਜਿਹੀ ਇਨਫੋਰਮੇਸ਼ਨ ਸੀ ਉਹ ਦੇਣੀ ਸੀ ਮੈਂ ਬਸ ਮਿਲਦੇ ਆ ਫਿਰ ਤੁਹਾਨੂੰ ਅਸੀਂ